Hello. Hello. ਤਸੀਂ ਫਰਮਾਏ ਅੱਜ ਦੀ ਸਵਾਗੀ ਜੋੜੀ ਜਿੰਨਾ ਕਰਕੇ ਅੱਜ ਦੀ ਮਹਿਫਲ ਸਜੀ ਮੈਂ ਗੁਜ਼ਾਰਿਸ਼ ਕਰੂੰਗਾ ਬੇਨਤੀ ਕਰੂੰਗਾ ਰਿਕੁਐਸਟ ਕਰੂੰਗਾ ਕਿ ਆਪਣੀਆਂ ਖੂਬਸੂਰਤ ਕੁਰਸੀਆਂ ਦੇ ਉੱਪਰ ਆ ਕੇ ਵਿਰਾਜਮਾਨ ਹੋਣ ਬਹੁਤ ਹੀ ਖੁਸ਼ੀਆਂ ਵਾਲਾ ਭਾਗਾਂ ਵਾਲਾ ਮੁਬਾਰਕ ਦਿਨ ਹੈ ਦੋ ਪਰਿਵਾਰਾਂ ਦਾ ਮੇਲ ਹੋਇਆ ਦੋ ਰੂਹਾਂ ਦਾ ਮੇਲ ਹੋਇਆ ਇਸ ਸ਼ੁਭ ਮੌਕੇ ਦੀ ਮੁਬਾਰਕ ਕੜੀ ਤੇ ਤੁਸੀਂ ਸਾਰੇ ਨਵੀਂ ਵਿਆਹ ਜੋੜੀ ਨੂੰ ਆਸ਼ੀਰਵਾਦ ਦੇਣ ਲਈ ਉਹਨਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਤੇ ਮੁਬਾਰਕਾਂ ਸ਼ੁਭਕਾਮਨਾਵਾਂ ਲੈ ਕੇ ਪਹੁੰਚੇ ਹੋ ਸਾਨੂੰ ਵੀ ਇਹਨਾਂ ਖੁਸ਼ੀਆਂ ਸ਼ਾਮਿਲ ਕੀਤਾ ਗਿਆ ਇਹਦੇ ਲਈ ਦੋਨਾਂ ਪਰਿਵਾਰਾਂ ਦਾ ਪਹੁੰਚੇ ਹੋਏ ਰਿਸ਼ਤੇਦਾਰਾਂ ਮਿੱਤਰਾਂ ਦੋਸਤਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕੋਸ਼ਿਸ਼ ਕਰਾਂਗੇ ਤੁਹਾਡੀ ਇਸ ਰੰਗਾਰੰਗ ਮਹਿਫਲ ਵਿੱਚ ਵੱਧ ਵੱਧ ਰੰਗੀਨੀਆਂ ਰੰਗ ਭਰ ਸਕੀਏ ਸ਼ੁਰੂਆਤ ਇੱਕ ਧਾਰਮਿਕ ਗੱਲ ਉਹ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ ਮੇਰਾ ਆਪਣਾ ਰਿਕਾਰਡ ਹੋਇਆ ਧਾਰਮਿਕ ਗੀਤ ਚੜ੍ਹਦੀ ਕਲਾ 'ਚ ਪੰਥ ਖਾਲਸਾ ਜਿਸ ਬਿਨਤੀ ਮੇਰਾ ਦੁੱਖ ਸੁੱਖ ਤੁਝੀ
ਉਹਨਾਂ ਨੇ ਪੀਤਾ ਬਹੁਲ ਖੰਡੇ ਦਾ ਰੱਖਣਾ ਮਾਨ ਬੁਲੰਦ ਉਹਨਾਂ ਨੇ ਕੇਸਰੀ ਝੰਡੇ ਦਾ ਜਨਮ ਸੋਹਿਲਾ ਜਿਨ੍ਹਾਂ ਨੇ ਪੀਤਾ ਬਹੁਲ ਖੰਡੇ ਦਾ ਰੱਖਣਾ ਮਾਨ ਬੁਲੰਦ ਉਹਨਾਂ ਨੇ ਕੇਸਰੀ ਝੰਡੇ ਦਾ ਸਿੰਘਾਂ ਨੂੰ ਸੰਗਦਾਰ ਰੋਕਣਾ ਵੀ ਤੇ ਨੇਰੀ ਨਾ ਚੜ੍ਹਦੀ ਕਲਾ ਚ ਵਾਹਿਗੁਰੂ ਦੇ ਚਰਨਾਂ ਚ ਹਾਜ਼ਰੀ ਸ਼ੁਕਰਾਨੇ ਦੇ ਤੌਰ ਤੇ ਚਾਰ ਲਾਈਨਾਂ ਅਰਜ਼ ਕਰ ਰਹੇ ਹਾਂ ਤੋਂ ਵਿਛੜੇ ਪਰਿਵਾਰ ਤੋਂ ਵਿਛੜੀਆਂ ਰੂਹਾਂ ਮਿਲੀਆਂ ਨੇ ਬਹੁਤ ਵੱਡੀ ਰਹਿਮਤ ਦੋਨਾਂ ਪਰਿਵਾਰਾਂ ਤੇ ਇਸ ਨਵੀਂ ਵਿਆਹ ਜੋੜੀ ਤੇ ਵਾਹਿਗੁਰੂ ਨੇ ਕੀਤੀ ਹੈ ਸੋ ਸ਼ੁਕਰਾਨਾ ਅਦਾ ਕਰ ਜਾ ਰਹੇ ਹਾਂ ਜਿਨੇ ਕਾਜਰ ਜਾਏ ਜਨਮ ਜਨਮ ਤੋਂ ਵਿਛੜੇ ਹੋਏ ਇਸ ਜਨਮ ਚ ਆਣ ਵਰਾਏ ਮਾਂ ਪਿਓ ਭੈਣ ਭਰਾਵਾਂ ਵੱਲੋਂ ਅੱਜ ਚਾਰਾ ਜਾਣ ਛੁਪਾਏ ਕਹੀ ਸੁਲੱਖਣੀ ਐਸੀ ਦਾਤਾ ਜੀਵਨ ਵਿੱਚ ਸਭ ਤੇ ਆਏ ਵਾਰ ਵਾਰ ਇਹੋ ਦੁਆਹੋ ਦਾਸ ਇਹੋ ਜਿਹੀਆਂ ਖੁਸ਼ੀਆਂ ਇਹੋ ਜਿਹੇ ਮੁਬਾਰਕ ਮੌਕੇ ਹਰ ਘਰ ਵਿੱਚ ਹਰ ਵਿਹੜੇ ਵਿੱਚ ਹਰ ਪਰਿਵਾਰ ਵਿੱਚ ਵਾਹਿਗੁਰੂ ਬਖਸ਼ੇ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਮੈਂ ਤਹਿ ਦਿਲੋਂ ਸ਼ੁਕਰੀਆ ਅਦਾ ਕਰਿਆ ਆਪਣੇ ਵੀਰ ਬਾਜਵਾ ਸਾਹਿਬ ਦਾ ਜਿਨ੍ਹਾਂ ਦੀ ਬਦੌਲਤ ਤੁਹਾਡੇ ਦਾ ਕੀ
इस गीत राही मुबारक शुभकामना अपने वालों खुशी जिन्ना वधिया तरीके नाल भंगड़े पा के नच के तुसीं अपने दोस्तां नाल रिश्तेदारां नाल सांझी कर सकते हो। उहदे बराबर का कोई तरीका नहीं है। वड्डे वीर जी ने अच्छा लो शुरुआत कर माइक बदल दे वड्डे वीर जी ने शुरुआत की है। उस तो बाद छोटे वीर ने लगातार भंगड़ा पाना कोशिश रही मना दे विच जे मैन लगी तां गंगा पत्तड़ी नहाउण दा की फायदा शेख काल दे विच ना करन जेड़े उहदा बोला नू गौण दा की फायदा जांच सिखी कानू कालियां करनिया फिर अखी जितना यार ने ना की फिर यारियां लौड़ जा की मैदा फिर यारियां लौड़ जा की मैदा फिर यारियां लौड़ जा की मैदा
ਸ਼ੁਕਰੀਆ ਵੀਰੇ, ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਮੈਂ ਛੋਟੇ ਵੀਰਾਂ ਦਾ, ਉਹਨਾਂ ਦੇ ਨਾਲ ਬਜ਼ੁਰਗ ਸਾਹਿਬਾਂ, ਜਿਨ੍ਹਾਂ ਨੇ ਆਪਣੇ ਦਿਲ ਦੇ ਜਾਂ ਦਿਲ ਦੇ ਨਮਾਨ ਖੋਲ੍ਹ ਕੇ ਆਪਣੇ ਬੱਚਿਆਂ ਦੇ ਨਾਲ ਸਾਂਝੇ ਕੀਤੇ ਨੇ, ਆਪਣੀਆਂ ਖੁਸ਼ੀਆਂ ਆਪਣੇ ਪਰਿਵਾਰ ਨਾਲ ਬੱਚਿਆਂ ਨਾਲ ਸਾਂਝੀਆਂ ਕੀਤੀਆਂ ਨੇ, ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ। ਕਿਉਂਕਿ ਜਦੋਂ ਢੋਲ ਵੱਜਦਾ, ਜਦੋਂ ਬੀਟ ਵੱਜਦੀ ਹੈ, ਜੇ ਬੰਦਾ ਉੱਠ ਕੇ ਨਾ ਵੀ ਨੱਚੇ, ਜਦੋਂ ਦਿਲ ਨੱਚਣ ਲੱਗ ਪੈਂਦਾ ਬੀਟ ਦੇ ਨਾਲ ਨਾਲ, ਜ਼ਮੀਨ ਤੇ ਪੈਰ ਜ਼ਰੂਰ ਹਲਕਾ ਹਲਕਾ ਵੱਜਣ ਲੱਗ ਪੈਂਦਾ। ਉਹ ਤੋਂ ਬਾਅਦ ਥੋੜ੍ਹਾ ਜਿਹਾ ਹੋਰ ਮਜ਼ਾ ਆਉਣ ਲੱਗਦਾ ਅਤੇ ਚੇਅਰ 'ਤੇ ਬੈਠੇ ਬੈਠੇ ਹਲਕੀ ਹਲਕੀ ਹੱਥ ਦੀ ਤਾੜੀ ਵੱਜਣ ਲੱਗ ਪੈਂਦੀ ਹੈ, ਅਤੇ ਜਦੋਂ ਚਾਹ ਸਾਂਭੇ ਨਹੀਂ ਜਾਂਦੇ, ਜਦੋਂ ਸਾਡੇ ਬਜ਼ੁਰਗਾਂ ਵਾਂਗੂ ਛਾਲ ਮਾਰ ਕੇ ਪੰਡਾਲ ਦੇ ਸਾਹਮਣੇ ਆ ਜਾਂਦਾ, ਇਹੋ ਜਿਹਾ ਮਾਹੌਲ ਮਿੱਤਰਾਂ ਦਾ ਸਾਰਕ ਦਾ ਕੇਸਰ ਵਿੱਚ ਇੱਕ ਗੀਤ ਹੈ ਮੇਰਾ ਕਿ ਢੋਲ ਵੱਜ ਰਿਹਾ, ਬੀਟ ਵੱਜ ਰਹੀ ਹੈ, ਇੱਕ ਕੁੜੀ ਦਾ ਮੂਡ ਹੌਲੀ ਹੌਲੀ ਕਿਵੇਂ ਨੱਚਣ ਨੂੰ ਕਰਨ ਲੱਗ ਪੈਂਦਾ। ਪੇਸ਼ ਕਰਨ ਜਾ ਰਿਹਾ ਇੱਕ ਕੁੜੀ ਨੱਚਣ ਨੂੰ ਕਰਦੀ,
प्रवेश साढ़े छोटे भी स्पेशल फरमाइश सी छोटे वीर दी ते तो बाद नवे साल दी गल जलंधर दूरदर्शन तो I'm a doctor.
ਬੇੜਾ ਭਰ ਗਿਆ ਸਾਲੀਆਂ ਨਾਲ। ਕੋਈ ਕਵੇ ਜੀਜਾ ਜੀ ਇੱਥੇ ਬੈਠੋ, ਕੋਈ ਕਵੇ ਜੀਜਾ ਜੀ ਇੱਥੇ ਬੈਠੋ। ਇੱਕ ਆਈ ਕਹਿੰਦੀ ਜੀਜਾ ਜੀ ਰਸਗੁੱਲੇ ਖਾਓ, ਇੱਕ ਆਈ ਕਹਿੰਦੀ ਜੀਜਾ ਜੀ ਸਮੋਸੇ ਖਾਓ ਚਟਨੀ ਵਾਲੇ, ਮੈਂ ਚੁੱਪ ਕਰਕੇ ਬੈਠਾ ਰਿਹਾ। ਇੱਕ ਆਈ ਕਹਿੰਦੀ ਜੇ ਹੋਰ ਕੁਛ ਨੀ ਖਾਣਾ ਤੇ ਚਟਨੀ ਖਾ ਲਓ, ਮੈਂ ਫਿਰ ਚੁੱਪ ਕਰਕੇ ਬੈਠਾ ਰਿਹਾ। ਉਹਨਾਂ ਨੇ ਇੱਕ ਕਮਰੇ ਚ ਬਿਠਾ ਤਾ, ਕਮਰਾ ਬਿਲਕੁਲ ਖਾਲੀ, ਕਮਰੇ ਚ ਮੈਂ ਮੇਰੀ ਹੋਣ ਵਾਲੀ, ਹੋਰ ਕੋਈ ਨੀ ਸੀ। ਸਹੁਰਿਆਂ ਨੂੰ ਪੂਰੀ ਆਫਰ ਸੀ, ਕਹਿੰਦੇ ਕਾਕਾ ਜੋ ਪੁੱਛਣਾ ਪੁੱਛ ਲੈ, ਹੋ ਸਕੇ ਤਾਂ ਗੱਲ ਇੱਥੇ ਰਫਾ ਦਫਾ ਕਰ ਲੈ, ਬਾਅਦ ਸਾਨੂੰ ਲਾਂਭਾ ਨਾ ਦੀ। ਮੈਂ ਕਹਿੰਦੀ ਠੀਕ ਹੈ, ਪਰ ਯਕੀਨ ਮੰਨਣਾ ਜੀ, ਜ਼ਿੰਦਗੀ ਚ ਪਹਿਲੀ ਵਾਰੀ ਚਾਂਸ ਮਿਲਿਆ ਕੁੜੀ ਨਾਲ ਗੱਲ ਕਰਨ ਦਾ, 15 ਮਿੰਟ ਇੱਦਾਂ ਹੀ ਲੰਘ ਗਏ, ਮੈਂ ਚੁੱਪ ਕਰਕੇ ਬੈਠਾ ਰਿਹਾ, ਕੋਈ ਪੂਜਾ ਬਣ ਗਈ। 15 ਕੁ ਮਿੰਟਾਂ ਬਾਅਦ ਕੁੜੀ ਨੇ ਹੌਸਲਾ ਜਿਹਾ ਕਰਕੇ ਕਿਹਾ, ਕਹਿੰਦੀ ਪੁੱਛੋ ਜੀ ਕੀ ਪੁੱਛਣਾ। ਮੈਂ ਕਿਹਾ ਪੁੱਛਾਂ ਜੀ, ਨੌਕਾ ਮਾਰ ਕੇ ਕਹਿੰਦੀ ਪੁੱਛ ਲੈ। ਮੈਂ ਕਿਹਾ ਸੱਚੀ ਪੁੱਛ ਲਵਾਂ ਜੀ, ਥੱਪੜ ਦਿਖਾ ਕੇ ਕਹਿੰਦੀ ਪੁੱਛ ਲੈ। ਮੈਂ ਕਿਹਾ ਭੈਣ ਜੀ ਤੁਸੀਂ ਕਿੰਨੇ ਭੈਣ ਭਰਾ ਹੋ? ਮੈਨੂੰ ਕਹਿੰਦੀ ਦੁਰ ਫਿਟੇ ਮੂੰਹ, ਪਹਿਲਾਂ 11 ਸੀ ਤੇਰੇ ਸਣੀ, ਪੂਰੇ 12 ਹੋ ਗਏ। ਧੱਕਾ ਦੇ ਕੇ ਕਮਰੇ ਚੋਂ ਬਾਹਰ ਕੱਢਤਾ। ਮੈਂ ਬੇਬੇ ਜੀ ਹੋਰਾਂ ਦਾ ਦੋਕ ਵੀ ਲੈਂਦਾ। ਹਾਜ਼ਰੀਨ, ਉਸ ਵੇਲੇ ਕੀ ਹੁੰਦਾ ਕਿ ਆਪਣੀ ਮਿਸੀ ਨੂੰ ਸੈਰ ਬੜੀ ਕਰਾਉਂਦਾ ਜਾਂ ਫਿਰ ਗੋਲ ਗੱਪੇ ਬੜੇ ਖਵਾਉਂਦਾ, ਭਾਵੇਂ ਘਰੇ ਰੋਟੀ ਰੱਜ ਕੇ ਖਾਧੀ ਹੋਵੇ, ਜਾਂ ਫਿਰ ਨਵੇਂ ਨਵੇਂ ਤੋਹਫੇ ਸਪੈਸ਼ਲ ਮਹਿੰਗੇ ਮਹਿੰਗੇ ਖਰੀਦ ਕੇ ਲਿਆ ਕੇ ਦਿੰਦਾ ਪਿਆਰ ਵਧਾਉਣ ਲਈ। ਹਾਜ਼ਰੀਨ, ਆਪਣਾ ਆਪਣਾ ਸਟਾਈਲ ਹੁੰਦਾ ਤੋਹਫੇ ਦੇਣ ਦਾ। ਇੱਕ ਬੰਦੇ ਦਾ ਨਵਾਂ ਨਵਾਂ ਵਿਆਹ ਹੋਇਆ, ਆਪਣੀ ਵਹੁਟੀ ਨੂੰ ਤੋਹਫਾ ਦੇਣ ਲਈ 3 ਕੁਕੜੀਆਂ ਖਰੀਦ ਕੇ ਲੈ ਆਇਆ। ਕਹਿੰਦਾ ਤੋਹਫੇ ਦਾ ਤੋਹਫਾ, ਜਦੋਂ ਕੋਈ ਯਾਰ ਦੋਸਤ ਘਰ ਆਇਆ ਆਪਣੇ ਕੰਮ ਆ ਜਾਣੀ ਹੈ, ਤੁੜਕਾ ਲੱਗ ਜਾਣਾ ਇਹਨਾਂ ਨੂੰ। ਉਹਦੀ ਵਹੁਟੀ ਨੇ ਬੜਾ ਹਿਰਜਿਆ ਕੀਤਾ, ਬੜਾ ਗੁੱਸਾ ਜਿਹਾ ਕੀਤਾ ਕਿ ਨਹੀਂ ਇਹਨਾਂ ਨੂੰ ਕਹਿੰਦੇ ਕਰ ਲਏ, ਆਪਣੇ ਰਹਿਣ ਲਈ ਤਾਂ ਜਗ੍ਹਾ ਹੈ ਨਹੀਂ, ਇੱਧਰੋਂ ਕਿੱਥੇ ਰੱਖਣਾ। ਮੁੰਡਾ ਕਹਿੰਦਾ ਭਾਗਵਾਨ ਨੇ ਬੜੀਆਂ ਖਾਸ ਕੁਕੜੀਆਂ ਨੇ, ਬੜੀਆਂ ਸਪੈਸ਼ਲ ਕੁਕੜੀਆਂ ਨੇ। ਕੁੜੀ ਕਹਿੰਦੀ ਕੀ ਖਾਸੀ ਹੈ? ਮੁੰਡਾ ਕਹਿੰਦਾ ਜਿਹੜੀ ਪਹਿਲੀ ਕੁਕੜੀ ਇਹਦਾ ਨਾਂ ਰਵੀਨਾ ਟੰਡਨ ਹੈ, ਆ ਜਿਹੜੀ ਦੂਸਰੀ ਕੁਕੜੀ ਇਹਦਾ ਨਾਂ ਕਰਿਸ਼ਮਾ ਕਪੂਰ ਹੈ, ਤੇ ਜਿਹੜੀ ਤੀਸਰੀ ਕੁਕੜੀ ਇਹਦਾ ਨਾਂ ਮਾਧਵੀ ਦੀਕਸ਼ਿਤ ਹੈ। ਇਹਨਾਂ ਦੀ ਖਾਸੀਅਤ ਇਹ, ਇਹਨਾਂ ਨੂੰ ਛੱਡ ਦਿਓ, ਆਪੇ ਢੇਰਾਂ ਤੇ ਘੁੰਮ ਫਿਰ ਕੇ ਖਾ ਕੇ ਹਜ਼ਮ ਕਰਕੇ ਘਰ ਨੂੰ ਆ ਜਾਂਦੀ ਆ, ਫੜਨ ਦੀ ਲੋੜ ਨਹੀਂ ਪੈਂਦੀ। ਉਹਦੀ ਵਹੁਟੀ ਕਹਿੰਦੀ ਗੱਲ ਸੁਣ ਲੈ, ਆ ਜਿੱਦਾਂ ਦੀ ਖਾਸੀਅਤ ਦੱਸੀ ਹੈ ਨਾ, ਇਹਨਾਂ ਨੂੰ ਛੱਡਣੇ ਨਹੀਂ ਪੈਣਾ, ਘਰੇ ਹੀ ਰੱਖਣੇ ਪੈਣਾ, ਉਹ ਵੀ ਜਿੰਦਾ ਲਾ ਕੇ। ਮੁੰਡਾ ਬੜਾ ਹੈਰਾਨ ਹੋਇਆ ਵੀ ਜਿੰਦਾ ਲਾ ਕੇ ਕਾਹਦੇ ਰੱਖਣੇ ਪੈਣਾ। ਉਹਦੀ ਵਹੁਟੀ ਕਹਿੰਦੀ ਜਿਹੜਾ ਗੁਆਂਢੀਆਂ ਨੇ ਕੁੱਕੜ ਰੱਖਿਆ ਉਹਦਾ ਨਾਂ ਮਨੀਸ਼ਪੁਰੀ ਹੈ। ਤਾਲੀਆਂ ਵਜਾ ਦੇ ਜਰਾ, ਤਾਲੀਆਂ ਤਾਲੀਆਂ ਜੀ, ਮਿਹਰਬਾਨੀ ਤਾਲੀਆਂ। ਜੁਲਾ ਸਾਹਿਬ, ਲਾੜਾ ਸਾਹਿਬ ਜਿਹਨਾਂ ਦੀ ਬਦੌਲਤ ਅੱਜ ਸਾਰੀ ਮਹਿਫਲ ਰੱਖੀ ਗਈ ਹੈ, ਅੱਜ ਦੀ ਮਹਿਫਲ ਦੇ ਹੀਰੋ ਨੇ ਸਾਡੇ ਛੋਟੇ ਵੀਰ ਬਾਜਵਾ ਸਾਹਿਬ, ਜਿਹਨਾਂ ਦਾ ਹੁਕਮ ਹੈ ਕਿ ਸੱਜਣੇ ਮੁਕਲਾਵੇ ਇੱਕ ਵਾਰੀ ਰਿਪੀਟ ਕੀਤਾ ਜਾਵੇ, ਕਿਉਂਕਿ ਪਹਿਲਾਂ ਮੇਰਾ ਖਿਆਲ ਰੌਲੇ ਗੋਲੇ 'ਚ ਹੀ ਗਾਣਾ ਲੱਗ ਗਿਆ, ਉਹਨਾਂ ਨੇ ਪੂਰੇ ਧਿਆਨ ਨਾਲ ਸੁਣਿਆ ਨਹੀਂ। ਇੱਕ ਵਾਰ ਫਿਰ ਅੱਜ ਦੇ ਮਾਹੌਲ ਦੀ ਗੱਲ, ਅੱਜ ਦੇ ਮੌਕੇ ਦੀ ਗੱਲ, ਇਸ ਮਾਹੌਲ 'ਚ ਨਵੀਂ ਵੇ ਜੁੜੀ ਖੁਦ ਲੱਗ ਰਹੀ ਹੈ, ਉਹਦੇ ਨਾਲ ਮਿਲਦੀ ਜੁਲਦੀ ਇਸ ਗੱਲ ਬਾਜਵਾ ਸਾਹਿਬ ਦੀ ਫਰਮਾਇਸ਼ ਸੱਜਣੇ ਮੁਕਲਾਵੇ। ਹਸੀ ਸੂਰ ਚਰਕੀ ਪੈਂਦੀ ਪੈਂਦੀ ਜਾ
ਰਾਏ ਤੇਰੇ ਲੈਣਾ ਵਿੱਚ ਤੂੰ ਝਾਤ ਕਰਕੇ ਵੇਖ ਦੀ ਅਫਵਾਹਾਂ ਸੁਣ ਕੇ ਐਵੇਂ ਦਾ ਅਫਵਾਹਾਂ ਸੁਣ ਕੇ ਐਵੇਂ ਦਾ ਬਦਨਾਮ ਕਰੀ ਜਾ ਵਾਰਿਸ ਨੂੰ ਸਮਝਣਾ ਏ ਤੇ ਮੁਲਾਕਾਤ ਕਰਕੇ ਵੇਖ ਕੀ ਭਲੀਏ ਬਣਾ ਕੇ ਚੱਜ ਤੇਰੇ ਤੁਰਦਾ ਤੁਰਦਾ ਤੇਰੇ ਤੁਰਦਾ ਤੇਰਾ ਤੇ ਤੋਂ ਕਾ
तू नजर Yeah.
ਸਾਡੇ ਕੋਲੋਂ ਸੱਚੜਾ ਤੂੰ ਸਾਡੇ ਕੋਲ ਪੁੱਛ ਗੋਰੀਏ ਜਿਹੜੇ ਸ਼ੀਸ਼ੇ ਕੋਲੋਂ ਪੁੱਛਦੀ ਸਵਾ ਸਾਡੇ ਕੋਲ ਪੁੱਛ ਗੋਰੀਏ ਜਿਹੜੇ ਸ਼ੀਸ਼ੇ ਕੋਲੋਂ ਪੁੱਛਦੀ ਸਵਾ ਕਵਿਤ ਲੋਕ ਉੜਦੀਆਂ
की लड़ा जड़े झूठे पते लिखा जाते उन्होंने की लड़ा तस्वीर खिंचा वो उदादार तस्वीर खिंचा वो उदादार जिन्हों तुसी भी याद रहो जिन्हों खिंचा हर कोई और जिले स्पीड यदि वादी आ पहला दूजा तीजा गेयर कि आवाज किस तरह होंगी देखनी वो सड़क से खड़े हैं यह स्कूटर मोटरसाइकिल जो भी है लागे कि लंघ जाता आन की आवाज कि जोड़े लागे लंघ उस तरह की आवाज कि होंगी है तुम देखनी है मोटरसाइकिल आ रहा बड़ी स्पीड से लो जी दूजी गल आम बंदे घराड़े मारते घराड़े चार तरह के होंगे आ सब तो पहला मरीज बंदा कि घराड़े मारता यह तुम मैं दसन लगा मंजे से पिया बहुत दुख बच्चे आवाज कि आऊ घराड़े की बहुत दुख हों और दूजा घराड़ा आम घराड़ा तंदुरुस्ती बच्चे
ਲਓ ਜੀ ਤੀਜਾ ਜਿਸ ਬੰਦੇ ਦੇ ਮੂੰਹ ਚ ਦੰਦ ਨਹੀਂ ਆ ਬਜ਼ੁਰਗ ਆ ਉਹ ਸੁੱਤਾ ਪਿਆ ਘਰਾੜੇ ਕਿੱਦਾਂ ਮਾਰਦਾ ਇਹ ਦੇਖਣਾ ਕੰਮ ਡਾਇਰੈਕਟ ਹੈ ਨਾ ਗਾਰਡ ਹੈ ਨੀ ਮੇਰੇ ਔਰ ਚੌਥੇ ਮੇਰੇ ਵੀਰ ਨੌਜਵਾਨ ਜਿੰਨਾ ਪਿੱਛੇ ਖੜੇ ਆ ਮੁੱਛਾਂ ਪਾ ਦੇਈ ਜਾਂਦੇ ਆ ਮਾਧੁਰੀ ਦੀਕਸ਼ਿਤ ਦੀ ਫਿਲਮ ਦੇਖ ਆਉਂਦੇ ਆ ਬਸ ਅੱਖਾਂ ਵਿੱਚ ਉਹਨੂੰ ਸਮਾ ਲੈਂਦੇ ਆ ਤੇ ਘਰਾੜੇ ਕਿੱਦਾਂ ਮਾਰਦੇ ਆ ਦੇਖਣਾ ਮੈਂ ਜ਼ਿਆਦਾ ਨਾ ਟਾਈਮ ਬਹੁਤਾ ਲੈਂਦਾ ਹੋਇਆ ਕਰੀਓ ਭਾਜੀ ਘਰਾੜੇ ਚੱਲਣ ਦੋ ਇਹਨੂੰ ਕੋਠੇ ਤੇ ਚੜ ਜੀਦਾ ਥੱਲੇ ਲੁੱਕਾਂ ਮਾਰੀ ਦੀਆਂ ਰੋੜਾਂ ਤੇ ਪਿੱਪਲਾਂ ਹੀ ਪਿੱਪਲਾਂ ਤੇ ਮੈਂ ਜ਼ਿਆਦਾ ਟਾਈਮ ਲੈ ਰਿਹਾ ਭਾਜੀ ਬਹੁਤ ਮਜਬੂਰੀ ਮੇਰੀ ਨਹੀਂ ਪਨੀਰ 10 ਮਿੰਟ ਪਹਿਲੇ ਦੇਦਾਂਗੇ ਤਾਂ ਮੈਂ ਸ਼ਾਇਦ ਦਿੱਤਾ ਘੰਟਾ ਹੋਰ ਸਟੇਜ ਬੰਦ ਰੱਖਦਾ ਮੇਰੀ ਮਜਬੂਰੀ ਆ ਪਹਾੜੀ ਕਾਂ ਤੇ ਆਮ ਜਿਹੜੇ ਚਿੱਟੇ ਧੌਣ ਵਾਲੇ ਹੁੰਦੇ ਨਾ ਕਾਂ ਕਿੱਦਾਂ ਬੋਲਦੇ ਆ ਇਹ ਦੇਖਣਾ ਬਾਹਰ ਦੇਖ ਲਓ ਕਿਤੇ ਆਉਂਦੇ ਤਾਂ ਨਹੀਂ ਫੋਨ ਨਾਲ ਠੁੰਗੇ ਹੀ ਮਾਰਨ ਲੱਗ ਪਏ ਅੱਛਾ ਜੀ ਬੱਬੂ ਭਾਜੀ ਲਈ ਜਿਹਨਾਂ ਨੇ ਆਪਣੇ ਅਰਦਾਸ ਦੇ ਨਾਲ ਕੁਝ ਕਾਮੇਡੀ ਵਾਲੀਆਂ ਗੱਲਾਂ ਦੇ ਨਾਲ ਇਸ ਮਹਿਫਲ ਚ ਰੰਗੀਨੀਆਂ ਭਰੀਆਂ ਨੇ ਤੁਹਾਨੂੰ ਸਾਰਿਆਂ ਨੂੰ ਖੁਸ਼ ਕੀਤਾ ਇੱਕ ਗੈਸਟ ਦੇ ਤੌਰ ਤੇ ਇਸ ਫੰਕਸ਼ਨ ਚ ਸ਼ਾਮਿਲ ਹੋਏ ਨੇ ਬੱਬੂ ਜੀ ਉਹਨਾਂ ਦਾ ਵਾਰ ਵਾਰ ਸ਼ੁਕਰੀਆ ਅਦਾ ਕਰਦੇ ਹਾਂ ਸਾਰੇ ਪਰਿਵਾਰ ਵੱਲੋਂ ਤੇ ਆਪਣੇ ਵੱਲੋਂ ਜਿਵੇਂ ਤੁਹਾਨੂੰ ਦੱਸਿਆ ਕਿ ਟਾਈਮ ਬਹੁਤ ਘੱਟ ਹੁੰਦਾ ਇਹੋ ਜਿਹੇ ਫੰਕਸ਼ਨਾਂ ਤੇ ਕਿਉਂਕਿ ਵਿਆਹ ਦੀਆਂ ਆਪਣੀਆਂ ਰਸਮਾਂ ਬਹੁਤ ਹੁੰਦੀਆਂ ਨੇ ਜਿਹੜੀਆਂ ਆਪਣਾ ਆਪਣਾ ਟਾਈਮ ਤੇ ਹੋਣਾ ਮੰਗਦੀਆਂ ਨੇ ਬਹੁਤ ਜਲਦ ਖਾਣਾ ਅਨਾਊਂਸ ਹੋ ਰਿਹਾ ਉਹ ਤੋਂ ਬਾਅਦ ਡੋਲੀ ਤੋਰਾਂ ਦੀ ਰਸਮ ਅਦਾ ਹੋਣੀ ਆ ਸੋ ਥੋੜੇ ਚੰਦ ਮਿੰਟ ਹੀ ਨੇ ਸਾਡੇ ਕੋਲ ਉਹ ਤੋਂ ਬਾਅਦ ਖਾਣਾ ਅਨਾਊਂਸ ਹੋ ਰਿਹਾ ਤੇ ਜਿੰਨੇ ਵੀ ਟਾਈਮ ਆ ਉਹਦੇ ਵਿੱਚ ਫਰਮਾਇਸ਼ਾਂ ਨੇ ਸਭ ਤੋਂ ਪਹਿਲਾਂ ਸਾਡੇ ਮੁੱਖ ਮਹਿਮਾਨ ਬਾਜਵਾ ਸਾਹਿਬ ਦੀ ਫਰਮਾਇਸ਼ ਹੋਰ ਕੋਈ ਥਾਂ ਲੈ ਨਹੀਂ ਸਕਦਾ ਸਕੇ ਭਰਾਵਾਂ ਦੀ ਅੱਜ ਦੇ ਮੁੱਖ ਮਹਿਮਾਨ ਲਾਲਾ ਸਾਹਿਬ
Let's go.